ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਕੋਵਿਡ-19 ਤੋਂ ਬਚਾ ਕਰਨ ਦੇ ਲਈ ਜਿੱਥੇ ਪੰਜਾਬ ਸਰਕਾਰ ਅਤੇ ਪੰਜਾਬ ਦਾ ਹੈਲਥ ਡਿਪਾਰਟਮੈਂਟ ਵੱਖਰੇ-ਵੱਖਰੇ ਯਤਨ ਕਰ ਰਿਹਾ ਹੈ ਤੇ ਮੁਹੱਲਿਆਂ ਆ ਇਲਾਕਿਆਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਉੱਥੇ ਹੀ ਦੂਜੇ ਪਾਸੇ ਜਿਹੜਾ ਹੈਲਥ ਡਿਪਾਰਟਮੈਂਟ ਦੀ ਹੈਲਥ ਟੀਮਸ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਸੁਪੋਜ਼ ਜੇ ਕੋਈ ਕਿਸੇ ਵਾਰਡ 'ਚ ਜਾਂਦੇ ਨੇ ਕਿਸੇ ਇਲਾਕੇ 'ਚ ਕਿਸੇ ਹਲਕੇ 'ਚ ਜਾਂਦੇ ਨੇ ਉੱਥੇ ਜਾ ਕੇ ਹੈਲਥ ਟੀਮਸ ਦਾ ਕਿਤੇ ਨਾ ਕਿਤੇ ਵਿਰੋਧ ਹੁੰਦਾ ਵੀ ਨਜ਼ਰ ਆ ਰਿਹਾ ਕਿਸ ਤਰੀਕੇ ਦੀਆਂ ਹੈਲਥ ਟੀਮਸ ਨੂੰ ਪ੍ਰੋਬਲਮਜ਼ ਆ ਰਹੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਬਾਰੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈ ਜ਼ਿਲ੍ਹੇ ਦਾ ਸਿਵਲ ਸਰਜਨ ਡਾਕਟਰ ਚਾਵਲਾ ਜੀ ਨਾਲ ਗੱਲਬਾਤ ਕਰਦੇ ਆ ਜਨਤ ਦੀ ਕੋਸ਼ਿਸ਼ ਕਰਦੇ ਆ ਕਿ ਹੈਲਥ ਟੀਮ ਜਦੋਂ ਕਿਸੇ ਇਲਾਕੇ ਆ ਕਿਸੇ ਵਾਰਡ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਡਾਕਟਰ ਸਾਹਿਬ ਕਿਹੜੀਆਂ ਕਿਹੜੀਆਂ ਅਜਿਹੀਆਂ ਮੇਜਰ ਦਿੱਕਤਾਂ ਨੇ ਜਿਹੜੀਆਂ ਜਦੋਂ ਕੋਈ ਇਸ ਹੈਲਥ ਟੀਮ ਦੇ ਜਿਹੜੇ ਟੀਮ ਆ ਪੂਰੀ ਉਹ ਕਿਸੇ ਇਲਾਕੇ ਵਿੱਚ ਕਿਸੇ ਵਾਰਡ ਵਿੱਚ ਜਾਂਦੀ ਹੈ ਕਿਹੜੀਆਂ ਦਿੱਕਤਾਂ ਨੇ ਜਿਹਦਾ ਸਭ ਤੋਂ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਦੇਖੋ ਜਦੋਂ ਸਾਡੀਆਂ ਟੀਮਸ ਅਸੀਂ ਸਰਵੇ ਤੇ ਲਗਾਈਆਂ ਹੁੰਦੀਆਂ ਖਾਸ ਕਰਕੇ ਜਿਹੜੇ ਸਾਡੇ ਮਾਈਕਰੋ ਕੰਟੇਨਮੈਂਟ ਜਾਂ ਕੰਟੇਨਮੈਂਟ ਜ਼ੋਨ ਬਣ ਜਾਂਦੇ ਨੇ ਜਿਹੜੇ ਕਿ ਹੌਟ ਸਪੌਟਸ ਹੁੰਦੇ ਨੇ ਉੱਥੇ ਅਸੀਂ ਐਕਟਿਵ ਸਰਵੇਲੈਂਸ ਕਰਵਾਨਦੇ ਆ ਡੇਲੀ ਉਹ ਜਿਹੜੀ ਟੀਮ ਹੈਗੀ ਉਹ ਪੂਰੇ ਏਰੀਆ ਦਾ ਉਹਦਾ ਸਰਵੇ ਕੀਤਾ ਜਾਂਦਾ ਔਰ ਹਰ ਘਰ ਦੇ ਵਿੱਚ ਸਾਡੀ ਜਿਹੜੀ ਟੀਮ ਜਿਹੜੀ ਹੈ ਆਸ਼ਾ ਵਰਕਰਸ ਹੈਗੀਆਂ ਜਾਂ ਇਹਨਾਂਮਜ਼ ਹੈਗੀਆਂ ਉਹ ਜਾਂਦੀਆਂ ਨੇ ਔਰ ਉੱਥੇ ਦੇ ਸਾਰੇ ਮੈਂਬਰਸ ਦੀ ਜਿਹੜੀ ਹੈ ਲਾਈਨ ਲਿਸਟ ਬਣਾਉਂਦੇ ਆ ਕਿ ਕਿੰਨੇ ਮੈਂਬਰਸ ਹੈਗੇ ਨੇ ਕਿਹੜੀ ਏਜ ਗਰੁੱਪ ਦੇ ਨੇ ਕੀ ਉਹਨਾਂ ਨੂੰ ਕੋਈ ਕੋਮੋਰਬਿਡ ਡਿਜ਼ੀਜ਼ਸ ਤਾਂ ਨਹੀਂ ਹੈਗੀਆਂ ਕੋਈ 올ਡ ਏਜ ਦਾ ਗਰੁੱਪ ਦਾ ਬੰਦਾ ਤਾਂ ਨਹੀਂ ਹੈ ਕੋਈ ਪ੍ਰੈਗਨੈਂਟ ਪੇਸ਼ੈਂਟ ਤਾਂ ਨਹੀਂ ਹੈ ਕਿਉਂਕਿ ਇਹ ਹਾਈ ਰਿਸਕ ਗਰੁੱਪ ਹੁੰਦੇ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਅਸੀਂ ਲੱਭ ਲਈਏ ਔਰ ਅਸੀਂ ਇਹਨਾਂ ਦੀ ਟੈਸਟਿੰਗ ਕਰਵਾ ਲਈਏ ਤਾਂ ਕਿ ਅਸੀਂ ਇਹਨਾਂ ਨੂੰ ਬਿਮਾਰੀ ਦੇ ਫੈਲਣ ਤੋਂ ਜਿਹੜਾ ਰੋਕ ਲਈਏ ਔਰ ਇਹਨਾਂ ਨੂੰ ਇਹ ਬਿਮਾਰੀ ਨਾ ਹੋਵੇ ਕਿਉਂਕਿ ਇਹ ਵਲਰੇਬਲ ਗਰੁੱਪ ਹੁੰਦਾ ਔਰ ਇਹਨਾਂ ਦਾ ਪਤਾ ਨਹੀਂ ਹੁੰਦਾ ਕਿ ਕਦੋਂ ਵੀ ਇਹ ਬਿਮਾਰੀ ਜੜੀ ਕੈਚ ਕਰ ਸਕਦੇ ਨੇ ਔਰ ਜੇ ਕੈਚ ਕਰ ਜਾਂਦੇ ਨੇ ਤਾਂ ਇਹਨਾਂ ਦੀ ਬਿਮਾਰੀ ਜੜੀ ਬਹੁਤ ਛੇਤੀ ਵੱਧ ਜਾਂਦੀ ਹੈ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਔਰ ਮੋਰਟੈਲਿਟੀ ਜੜੀ ਅਸੀਂ ਆਬਜ਼ਰਵ ਕੀਤੀ ਹੈ ਉਹ ਵੀ ਮੈਕਸਿਮਮ ਜਿਹੜੇ ਕੋਮੋਰਬਿਡ ਡਿਸੀजेस ਵਾਲੇ ਜਿਹੜੇ ਹੈ ਵਿਅਕਤੀ ਹੈਗੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਪਾਈ ਜਾ ਰਹੀ ਹੈ ਸੋ ਉਹਨਾਂ ਨੂੰ ਇਹ ਦਿੱਕਤ ਆਂਦੀ ਹੈ ਕਈ ਵਾਰੀ ਘਰਾਂ 'ਚ ਜਾਂਦੇ ਤੇ ਲੋਕੀ ਦਰਵਾਜ਼ੇ ਨਹੀਂ ਖੋਲਦੇ ਉਹ ਖੜਕਾਂਦੇ ਰਹਿੰਦੇ ਆ ਦਰਵਾਜ਼ਾ ਹੀ ਨਹੀਂ ਖੋਲਦੇ ਜੇ ਦਰਵਾਜ਼ਾ ਖੋਲਦੇ ਆ ਤਾਂ ਪੂਰੀ ਇਨਫਰਮੇਸ਼ਨ ਨਹੀਂ ਦਿੰਦੇ ਇਹ ਨਹੀਂ ਦੱਸਦੇ ਕਿ ਘਰ ਉਸ ਘਰ ਦੇ ਵਿੱਚ ਕਿੰਨੇ ਮੈਂਬਰਸ ਰਹਿੰਦੇ ਨੇ ਔਰ ਉਸ ਕਿਉਂਕਿ ਕੰਟੇਨਮੈਂਟ ਜ਼ੋਨ ਹੈ ਤੇ ਅਸੀਂ ਉਹ ਸੀਲ ਕੀਤਾ ਹੋਇਆ ਜਾਂ ਮਾਈਕਰੋ ਕੰਟੇਨਮੈਂਟ ਉਹ ਗਲੀ ਅਸੀਂ ਸੀਲ ਕੀਤੀ ਹੋਈ ਹੈ ਤਾਂ ਉਹਦੇ ਵਿੱਚੋਂ ਘਰਾਂ ਚੋਂ ਲੋਕੀ ਹੱਲੇ ਵੀ ਬਾਹਰ ਨਿਕਲ ਜਾਂਦੇ ਨੇ ਵੇਲੇ ਕੋਲੇ ਜਾਂ ਸਵੇਰ ਵੇਲੇ ਜਾਂ ਜਿਸ ਵੇਲੇ ਕੋਈ ਉਸ ਵੇਲੇ ਲੱਗਦਾ ਕਿ ਕੋਈ ਪਹਿਰਾ ਨਹੀਂ ਨਜ਼ਰ ਆ ਰਿਹਾ ਕਿਉਂਕਿ ਮੈਂ ਖੁਦ ਜਿਹੜਾ ਕੱਲ ਹੈਗਾ ਹੈ ਕਈ ਜਗ੍ਹਾ ਤੇ ਜਾ ਕੇ ਕੰਟੇਨਮੈਂਟ ਜ਼ੋਨ 'ਚ ਮੈਂ ਪਰਸਨਲੀ ਜਾ ਕੇ ਵਿਜ਼ਿਟ ਕੀਤਾ ਹੈ ਗਲੀਆਂ ਦੇ ਵਿੱਚ ਘੁੰਮ ਕੇ ਔਰ ਇੱਕ ਘਰ ਦੇ ਵਿੱਚੋਂ ਉਹਨਾਂ ਨੂੰ ਪੁੱਛਿਆ ਦੋ ਬਜ਼ੁਰਗ ਬੰਦੇ ਬੈਠੇ ਸੀਗੇ ਕਿ ਜੀ ਅਸੀਂ ਰਹਨੇ ਆ ਇਸ ਘਰ ਚ ਮੈਂ ਕਿਹਾ ਜੀ ਸਿਰਫ ਤੁਸੀਂ ਇਕੱਲੇ ਕਿਸਰਾ ਮੈਨੇਜ ਕਰਦੇ ਹੋ ਬਜ਼ੁਰਗ ਤੁਹਾਡਾ ਟੇਕ ਕੇਅਰ ਕਰਨ ਵਾਲਾ ਕੋਈ ਨਹੀਂ ਹੈ ਹੌਲੀ ਹੌਲੀ ਉਹਨਾਂ ਨੇ ਕਿਹਾ ਨਹੀਂ ਜੀ ਸਾਡਾ ਹੈਗਾ ਲੜਕਾ ਹੈਗਾ ਮੈਂ ਕਿਹਾ ਜੀ ਵਿਆਹਿਆ ਫਿਰ ਉਹ ਤੀਸਰੀ ਵਾਰੀ ਚ ਹਾਂਜੀ ਉਹ ਵਿਆਹਿਆ ਜੀ ਨੂੰ ਵੀ ਹੈਗੀ ਆ ਉਹਦੇ ਬੱਚੇ ਵੀ ਹੈਗੇ ਉਸ ਘਰ ਦੇ ਵਿੱਚ 7 ਮੈਂਬਰਸ ਰਹਿ ਰਹੇ ਸੀ ਜਦ ਕਿ ਉਹ बार-बार ਇਹੀ ਕਹੀ ਜਾ ਰਹੀ ਸੀ ਜੀ ਅਸੀਂ ਸਿਰਫ 2 ਬੰਦੇ ਹੀ ਇੱਥੇ ਰਹਿਣੇ ਆ। ਮਤਲਬ ਕਿਹਾ ਜਾਵੇ ਕਿ ਜਿਹੜੇ ਕੰਟੇਨਮੈਂਟ ਜ਼ੋਨਸ ਨੇ ਆ ਮਾਈਕਰੋ ਕੰਟੇਨਮੈਂਟ ਜ਼ੋਨ ਨੇ ਉਹਦੇ ਵਿੱਚ ਵੀ ਲੋਕ ਵਾਇਲੇਸ਼ਨਸ ਹੱਲੇ ਰੈਗੂਲਰ ਬੇਸਿਸ ਤੇ ਕਰ ਰਹੇ ਨੇ ਤੇ ਉਹ ਆਪਣੇ ਘਰੋਂ ਬਾਹਰ ਨਿਕਲ ਰਹੇ ਨੇ। ਕਿਉਂਕਿ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਅੱਛਾ ਠੀਕ ਹੈ ਜੇ ਤੁਸੀਂ ਇੰਨੇ ਮੈਂਬਰਸ ਹੈਗੇ ਉਹ ਤਾਂ ਕਿਰਪਾ ਕਰਕੇ ਉਹਨਾਂ ਸਾਰਿਆਂ ਨੂੰ ਜਰਾ ਬਾਹਰ ਮੇਰੇ ਸਾਹਮਣੇ ਬੁਲਾ ਦਿਓ ਮੈਂ ਦੇਖ ਲਵਾਂ। ਵੀ ਸਾਰੇ ਬੰਦੇ ਕੌਣ-ਕੌਣ ਹੈਗੇ ਨੇ ਘਰ ਹੈਗੇ ਨੇ। ਉਹੀ ਗੱਲ ਹੋਈ ਕਿ ਬਜ਼ੁਰਗ ਹੈਗੇ ਸੀਗੇ ਨੂੰਹ ਹੈਗੀ ਸੀ ਬੱਚੇ ਸੀਗੇ ਪਰ ਲੜਕਾ ਘਰ ਹੈ ਨਹੀਂ ਸੀ ਉਹ ਕਿੱਥੇ ਉਹ ਜੀ ਤਾਂ ਨੌਕਰੀ ਤੇ ਗਿਆ ਹੋਇਆ ਸੋ ਕੰਟੇਨਮੈਂਟ ਕਾਦਾ ਹੈ ਕੰਟੇਨਮੈਂਟ ਓ ਜ਼ੋਨ ਉਹ ਹੁੰਦਾ ਕਿ ਜਿੱਥੇ ਆਪਾਂ ਕਹਿੰਦੇ ਕਿ ਨਾ ਉਸ ਏਰੀਏ ਦੇ ਅੰਦਰ ਕੋਈ ਬੰਦਾ ਜਾਏਗਾ ਤੇ ਨਾ ਉਥੋਂ ਕੋਈ ਬਾਹਰ ਨਿਕਲੇਗਾ ਜਿੰਨੇ ਦਿਨ ਦੀ ਵੀ ਅਸੀਂ ਕੰਟੇਨਮੈਂਟ ਕੀਤੀ ਹੈ 10 ਦਿਨ ਦੀ ਕੀਤੀ ਹੈ ਜਾਂ 14 ਦਿਨ ਦੀ ਕੀਤੀ ਹੈ ਤੇ ਉਹਦੇ ਵਿੱਚ ਮੈਂ ਮੰਨਦੀ ਆ ਕਿ ਲੋਕਾਂ ਨੂੰ ਵੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਪਰੇਸ਼ਾਨੀਆਂ ਜੇ ਆਪਾਂ ਹੁਣ ਥੋੜੀਆਂ ਜੀਆਂ ਟੋਲਰੇਟ ਕਰ ਲਵਾਂਗੇ ਤੇ ਆਪਣੇ ਆਪ ਨੂੰ ਜਾਂ ਆਪਣੀ ਸੋਸਾਇਟੀ ਨੂੰ ਬਿਮਾਰੀ ਤੋਂ ਬਚਾ ਲਾਂਗੇ ਤਾਂ ਮੈਨੂੰ ਲੱਗਦਾ ਇਹ ਘਾਟੇ ਦਾ ਸੌਦਾ ਨਹੀਂ ਹੈ ਜੇ ਆਪਾਂ 10 ਦਿਨ ਔਖੇ ਹੋ ਲਾਂਗੇ ਜ਼ਿੰਦਗੀ 'ਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਜੇ ਆਪਾਂ 10 ਦਿਨ ਔਖੇ ਹੋ ਕੇ ਕੱਟ ਲਵਾਂਗੇ ਤਾਂ ਫਿਰ ਵੀ ਔਰ ਸਰਕਾਰ ਵੀ ਬੈਠੀ ਹੈ ਜੇ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਸੀਂ 10 ਦਿਨ ਨੌਕਰੀ ਤੇ ਨਹੀਂ ਜਾ ਸਕੇ ਤੁਹਾਨੂੰ ਪੈਸੇ ਦੀ ਤੰਗੀ ਆ ਗਈ ਤੁਹਾਡੇ ਘਰ 'ਚ ਰਾਸ਼ਨ ਨਹੀਂ ਹੈ ਹੈਲਪਲਾਈਨ ਤੇ ਤੁਸੀਂ ਫੋਨ ਕਰੋ ਕਿ ਹਾਂ ਮੈਨੂੰ ਐਸ ਚੀਜ਼ ਦੀ ਜ਼ਰੂਰਤ ਹੈ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਪੂਰੇ ਅਰੇਂਜਮੈਂਟਸ ਕੀਤੇ ਹੋਏ ਆ ਉਹਨਾਂ ਦੇ ਘਰਾਂ ਤੱਕ ਰਾਸ਼ਨ ਵੀ ਪਹੁੰਚਾਇ ਜੇ ਕੋਈ ਮੈਡੀਕਲ ਐਮਰਜੈਂਸੀ ਆ ਤਾਂ ਉਹ ਸਾਡੇ ਕੰਟਰੋਲ ਰੂਮ ਤੇ ਫੋਨ ਕਰਨ ਸਾਡੀ ਐਂਬੂਲੈਂਸ ਜਾ ਕੇ ਉਹਨਾਂ ਦੇ ਮੈਡੀਕਲ ਜਿਹੜਾ ਬਿਮਾਰ ਬੰਦਾ ਉਹਨੂੰ ਚੱਕ ਕੇ ਲਿਆਏਗੀ ਹਸਪੀਟਲ 'ਚ ਦਾਖਲ ਕਰਵਾਏਗੀ ਸੋ ਸਾਨੂੰ ਲੋਕਾਂ ਦੀ ਬਹੁਤ ਕੋਆਪਰੇਸ਼ਨ ਚਾਹੀਦੀ ਹੈ ਜੇ ਆਪਾਂ ਕਹੀਏ ਕਿ ਸਿਰਫ ਡਾਕਟਰਸ ਮਿਲ ਕੇ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਪੁਲਿਸ ਡਿਪਾਰਟਮੈਂਟ ਮਿਲ ਕੇ ਇਸ ਬਿਮਾਰੀ ਨੂੰ ਰੋਕ ਲਏਗਾ ਉਹ ਬਿਲਕੁਲ ਗਲਤ ਹੈ ਜਦ ਕਿ ਕਮਿਊਨਿਟੀ ਪਾਰਟਿਸਪੇਸ਼ਨ ਨਹੀਂ ਹੁੰਦੀ ਜਦੋਂ ਲੋਕ ਖੁਦ ਨਹੀਂ ਸਮਝਦੇ ਕਿ ਹਾਂ ਇਹ ਸਾਡੇ ਲਈ ਖਤਰੇ ਵਾਲੀ ਗੱਲ ਹੈਗੀ ਹੈ ਜੇ ਸਾਨੂੰ ਇਸ ਤਰ੍ਹਾਂ ਸਮਝਾਇਆ ਜਾ ਰਿਹਾ ਤਾਂ ਸਾਨੂੰ ਉਸ ਤਰ੍ਹਾਂ ਹੀ ਕਰਨਾ ਚਾਹੀਦਾ ਸਾਨੂੰ ਭਲੇ 10 ਦਿਨ ਔਖੇ ਹੋਣਾ ਪਵੇ ਸੋ ਇਹ ਇਸ ਕਰਕੇ ਸਾਨੂੰ ਇਹ ਸਾਰਾ ਦਿੱਕਤਾਂ ਆਉਂਦੀਆਂ ਨੇ ਫਿਰ ਆਪਣੀਆਂ ਬਿਮਾਰੀਆਂ ਬਾਰੇ ਛੁਪਾਉਂਦੇ ਨੇ ਲੋਕ ਜੇ ਉਹਨਾਂ ਨੂੰ ਪੁੱਛੋ ਤੁਹਾਨੂੰ 슈ਗਰ ਤਾਂ ਨਹੀਂ ਬਲੱਡ ਪ੍ਰੈਸ਼ਰ ਤਾਂ ਨਹੀਂ ਨਹੀਂ ਜੀ ਸਾਹਮ ਤਾਂ ਕੋਈ ਬਿਮਾਰੀ ਨਹੀਂ ਸਾਨੂੰ ਤਾਂ ਕੋਈ ਖਾਂਸੀ ਨਹੀਂ ਸਾਨੂੰ ਕੋਈ ਬੁਖਾਰ ਨਹੀਂ ਹੈਗਾ ਸੋ ਉਹ ਆਪਣੇ ਸਿੰਪਟਮਸ ਲੁਕਾਉਣ ਦੇ ਨਾਲ ਬਿਮਾਰੀ ਨੇ ਦੂਰ ਨਹੀਂ ਭੱਜ ਜਾਣਾ ਉਹਨਾਂ ਨੂੰ ਰਗਰ ਬਲਕਿ ਖੁਦ ਸਾਹਮਣੇ ਆਣਾ ਚਾਹੀਦਾ ਜੀ ਮੈਨੂੰ ਇਹ ਸਿੰਪਟਮਸ ਹੈਗੇ ਮੇਰਾ ਟੈਸਟ ਕਰਾਓ ਮੈਨੂੰ ਲੈ ਕੇ ਜਾਓ ਜਦੋਂ ਟੈਸਟਾਂ ਲਈ ਸਾਡੀਆਂ ਟੀਮਾਂ ਆਉਂਦੀਆਂ ਨੇ ਉਦੋਂ ਵੀ ਬਹੁਤ ਜਗ੍ਹਾ ਤੇ ਰੈਜ਼ਿਸਟੈਂਸ ਹੁੰਦੀ ਹੈ ਵੀ ਤੁਸੀਂ ਅਸੀਂ ਨਹੀਂ ਟੈਸਟ ਕਰਵਾਣਾ ਤੁਸੀਂ ਕੌਣ ਹੁੰਦੇ ਹੋ ਜ਼ਬਰਦਸਤੀ ਸਾਡਾ ਟੈਸਟ ਕਰਨ ਵਾਲੇ ਤੇ ਨਾਲੇ ਇਹ ਵੀ ਕੰਪਲੇਨ ਕੀਤੀ ਜਾਂਦੀ ਕਿ ਜੇ ਇਹ ਤੁਹਾਡੀਆਂ ਆਸ਼ਾ ਵਰਕਰ રોજ ਹੀ ਸਾਡੇ ਘਰਾਂ 'ਚ ਆ ਜਾਂਦੀਆਂ ਵੀ ਉਹਨਾਂ ਨੂੰ ਪਤਾ ਹੈ ਜਦ ਕਿ ਆ ਵੀ ਇਹ ਕੰਟੇਨਮੈਂਟ ਜ਼ੋਨ ਹੈ ਇੱਥੇ ਐਕਟਿਵ ਸਰਵੇਲੈਂਸ ਹੋਣੀ ਹੈ ਔਰ ਇੱਥੇ ਡੇਲੀ ਹੀ ਟੀਮ ਨੇ ਆਣਾ ਉਹਨਾਂ ਦੇ ਘਰਾਂ 'ਚ ਸੋ ਉਹਨਾਂ ਵੱਲੋਂ ਸਾਨੂੰ 100% ਕੋਆਪਰੇਸ਼ਨ ਚਾਹੀਦੀ ਹੈ ਜਦ ਤੱਕ ਕਮਿਊਨਿਟੀ ਪਾਰਟਿਸਪੇਸ਼ਨ ਨਹੀਂ ਹੁੰਦੀ ਲੋਕੀ ਇਸ ਲਈ ਅਵੇਅਰ ਨਹੀਂ ਹੁੰਦੇ ਔਰ ਆਪਣੇ ਆਪ ਨੂੰ ਕੋਸ਼ਿਸ਼ ਨਹੀਂ ਕਰਦੇ ਸਾਰੀਆਂ ਜਿਹੜੀਆਂ ਇਨਸਟਰਕਸ਼ਨਸ ਗਵਰਨਮੈਂਟ ਦੀਆਂ ਫਾਲੋ ਕਰਨ ਲਈ ਆਪਾਂ ਇਸ ਬਿਮਾਰੀ ਨੂੰ ਠੱਲ ਨਹੀਂ ਪਾ ਸਕਦੇ ਇਹ ਗੱਲ ਕੀਤੀ ਜਾਵੇ ਕੱਲ ਤੁਹਾਡੇ ਵੱਲੋਂ ਜਿਹੜੇ ਜਿਹੜੇ ਏਰੀਆ ਦੇ ਜਿੱਦਾਂ ਅੱਜ ਜਲੰਧਰ ਦੀ ਖਾਸ ਕਰਕੇ ਗੱਲ ਕਰੀਏ ਬਹੁਤ ਸਾਰੇ ਏਰੀਆਜ਼ ਦੇ ਕਾਉਂਸਲਰਸ ਨਾਲ ਤੁਹਾਡੀ ਮੀਟਿੰਗ ਹੋਈ ਹੈ ਕਿਤੇ ਇਹ ਵੀ ਦੇਖਿਆ ਗਿਆ ਕਿ ਕਾਉਂਸਲਰਸ ਦੀ ਦਬਾਅ ਕਰਕੇ ਜਾਂ ਤੁਹਾਨੂੰ ਕਾਉਂਸਲਰਸ ਤੋਂ ਕਿਸੇ ਤੋਂ ਫੋਨ ਕਰਾਇਆ ਜਾਵੇ ਕਿ ਨੀਂਜ ਸਾਡੇ ਏਰੀਆ ਚ ਦਾ ਲੋਕ ਤੰਗ ਹੋ ਰਹੇ ਨੇ ਜਾਂ ਤੁਸੀਂ ਕੱਲ ਵੀ ਕਾਉਂਸਲਰਸ ਨਾਲ ਮੀਟਿੰਗ ਕੀਤੀ ਜਿਨ੍ਹਾਂ ਨੂੰ ਤੁਸੀਂ ਉਹਨਾਂ ਦਾ ਸਹਿਯੋਗ ਮੰਗਣ ਦੀ ਵੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਲੋਕ ਇਹ ਵੀ ਹੋਣਗੇ ਜਿਹੜੇ ਨਾਲ ਕਾਉਂਸਲਰਸ ਪਰਸਨਲੀ ਇਨ ਟੱਚ ਵੀ ਹੋਣਗੇ ਕਿ ਉਹਨਾਂ ਨੇ ਵੀ ਤੁਹਾਡੇ ਨਾਲ ਹੀ ਆ ਹੈਲਥ ਡਿਪਾਰਟਮੈਂ ਹੋਵੇ ਦੇਖੋ ਮੈਂ ਕਾਫੀ ਦਿਨ ਪਹਿਲਾਂ ਜਿਹੜੇ ਐ ਜਿਹੜੇ ਵੀ ਕੰਟੇਨਮੈਂਟ ਜ਼ੋਨ ਸਾਡੇ ਉਸ ਵੇਲੇ ਬਣੇ ਹੋਏ ਸੀ ਉਹਨਾਂ ਸਾਰੇ ਕਾਉਂਸਲਰਸ ਨੂੰ ਆਪ ਬੁਲਾ ਕੇ ਇੱਥੇ ਆਪਣੇ ਆਫਿਸ ਦੇ ਵਿੱਚ ਮੀਟਿੰਗ ਕੀਤੀ ਸੀ ਔਰ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਸੀ ਕਿ ਆਪਾਂ ਸਾਰੇ ਮਿਲ ਕੇ ਕਿਉਂਕਿ ਸਾਨੂੰ ਜਿਹੜੇ ਕਾਉਂਸਲਰਸ ਦਾ ਬਹੁਤ ਕੋਆਪਰੇਸ਼ਨ ਦੀ ਲੋੜ ਹੈਗੀ ਐ ਕਿਉਂਕਿ ਉਹ ਲੋਕਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਨੇ ਉਹਨਾਂ ਦੀ ਗੱਲ ਜਿਹੜੀ ਆ ਉਹ ਹਰ ਵੇਲੇ ਲੋਕਾਂ ਦੇ ਵਿੱਚ ਵਿਚਰਦੇ ਨੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਅੰਡਰਸਟੈਂਡ ਕਰਦੇ ਨੇ ਉਹ ਉਹਨਾਂ ਦੀ ਗੱਲ ਨੂੰ ਅੱਛੀ ਤਰ੍ਹਾਂ ਸਮਝਦੇ ਨੇ ਅਸੀਂ ਚਾਹੇ ਹੈਲਥ ਡਿਪਾਰ ਵਰਕਰ ਹੋਣ ਦੇ ਨਾਤੇ ਉਹਨਾਂ ਨੂੰ ਜੋ ਮਰਜ਼ੀ ਗੱਲਾਂ ਸਮਝਾਈਏ ਪਰ ਜੋ ਗੱਲ ਆਪਣੇ ਕਾਉਂਸਲਰ ਦੀ ਸਮਝਣਗੇ ਉਹ ਸਾਡੀ ਸ਼ਾਇਦ ਨਹੀਂ ਸਮਝਦੇ ਕਿਉਂਕਿ ਉਹਨਾਂ ਦੇ ਰਿਪ੍ਰেজੈਂਟੇਟਿਵ ਹੁੰਦੇ ਨੇ ਉਹਨਾਂ ਲੋਕਾਂ ਦੇ ਵਿੱਚੋਂ ਹੀ ਉਹ ਉੱਠ ਕੇ ਆਏ ਹੁੰਦੇ ਨੇ ਸੋ ਉਹਨਾਂ ਤੋਂ ਅਸੀਂ ਕੋਆਪਰੇਸ਼ਨ ਮੰਗੀ ਸੀ ਕਿ ਆਪਣੇ ਆਪਣੇ ਏਰੀਆ ਦੇ ਵਿੱਚ ਜੋ ਅਸੀਂ ਹੈਲਥ ਡਿਪਾਰਟਮੈਂਟ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗਾਈਡੈਂਸ ਦਿੰਦੀ ਹੈ ਗਾਈਡਲਾਈਨਸ ਦਿੰਦੀ ਹੈ ਉਹ ਹੂਬ ਹੂ ਉਹਨਾਂ ਦੀ ਪਾਲਣਾ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਆ ਜਾਵੇ ਜਿੱਥੇ ਸਾਨੂੰ ਡਿਫਿਕਲਟੀ ਆਉਂਦੀ ਹੈ ਕਿ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕਰਦਾ ਤਾਂ ਉਹ ਸਾਡੇ ਨਾਲ ਚੱਲਣ ਉੱਥੇ ਜਾ ਕੇ ਉਹ ਪ੍ਰੋਬਲਮ ਨੂੰ ਸੋਲਵ ਕਰਨ ਉਹਨਾਂ ਨੂੰ ਸਮਝਾਣ ਕਿ ਨਹੀਂ ਇਹ ਕੰਮ ਜ਼ਰੂਰੀ ਹੈ ਇਹ ਤੁਸੀਂ ਇਹਨਾਂ ਨਾਲ 100% ਕੋਆਪਰੇਟ ਕਰੋ ਪਰ ਕੁਝ ਸਾਨੂੰ ਜੜੀਆਂ ਦਿੱਕਤਾਂ ਆਈਆਂ ਨੇ ਈਵਨ ਜੜੀਆਂ ਕਾਉਂਸਲਰਸ ਵੱਲੋਂ ਵੀ ਆਈਆਂ ਨੇ ਕਿ ਉਹਨਾਂ ਨੇ ਖੁਦ ਉਹਨਾਂ ਦੇ ਕੀ ਰੀਜਨਸ ਹੋਣਗੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹਦੀ ਕਿਉਂਕਿ ਉਹ ਆਪਣੇ ਲੋਕਾਂ ਦੀਆਂ ਦਿੱਕਤਾਂ ਸਮਝਦੇ ਨੇ ਉਹ ਆਪਣੀ ਜਗ੍ਹਾ ਤੇ ਸਹੀ ਨੇ ਮੈਂ ਇਹ ਨਹੀਂ ਕਹਾਂਗੀ ਕਿ ਉਹ ਜੋ ਸਾਨੂੰ ਕਹਿ ਰਹੇ ਗਲਤ ਕਹਿ ਰਹੇ ਪਰ ਇੱਕ ਜਗ੍ਹਾ ਇੱਕ ਏਰੀਏ ਦੇ ਵਿੱਚੋਂ ਸੀ ਕਿ ਪੋਜ਼ਿਟਿਵ ਪੇਸ਼IENTS ਇਕੱਠੇ ਕਾਫੀ ਜ਼ਿਆਦਾ ਰਿਪੋਰਟ ਹੋਏ ਉਹਦੇ ਵਿੱਚ ਸਾਨੂੰ ਰੈਜ਼ਿਸਟੈਂਸ ਮਿਲੀ ਉਹਨਾਂ ਨੂੰ ਹਸਪੀਟਲ ਸ਼ਿਫਟ ਨਹੀਂ ਕੀਤਾ ਕਰਨ ਦਿੱਤਾ ਗਿਆ ਉਹ ਸਾਨੂੰ ਬਾਰ-ਬਾਰ ਬਾਰ-ਬਾਰ ਕਹਿ ਕੇ ਫੋਨ ਕਰਵਾ ਕੇ ਕਿ ਨਹੀਂ ਜੀ ਇਹ ਜਿਹੜੇ ਪੇਸ਼ੈਂਟ ਐ ਤੋਂ ਸ਼ਿਫਟ ਕਰਨੇ ਬਹੁਤ ਜ਼ਰੂਰੀ ਹੈ ਨਹੀਂ ਕਰਾਂਗੇ ਤੇ ਬਿਮਾਰੀ ਇਸ ਏਰੀਆ ਦੇ ਵਿੱਚ ਫੈਲੇਗੀ ਸੋ ਇਹੋ ਜਿਹੀਆਂ ਜੜੀਆਂ ਦਿੱਕਤਾਂ ਸਾਨੂੰ ਜੜੀਆਂ ਫੇਸ ਕਰਨੀਆਂ ਪੈਂਦੀਆਂ ਤੇ ਉਹ ਮੈਂ ਮੀਟਿੰਗ ਸਪੈਸ਼ਲ ਵੀ ਕੀਤੀ ਹੈ ਔਰ ਪਰਸਨਲੀ ਵੀ ਮੈਂ ਅੱਜ ਕੱਲ ਜਿਹੜੇ 3-4 ਜਗ੍ਹਾ ਤੇ ਜਾ ਪਰਸਨਲੀ ਹੋ ਕੇ ਆਈਆਂ ਦੇਖ ਕੇ ਆਈਆਂ ਉੱਥੋਂ ਦੇ ਮੈਂ ਕਾਉਂਸਲਰਸ ਨੂੰ ਵੀ ਬੁਲਾਇਆ ਇੱਕ ਜਗ੍ਹਾ ਤੇ ਕਾਉਂਸਲਰ ਉਹ ਆਏ ਆ ਥੋੜੀ ਦੇਰ ਲਈ ਲੇਕਿਨ ਉਹ ਕਹਿੰਦੇ ਮੈਨੂੰ ਜ਼ਰੂਰੀ ਕੰਮ ਹੈ ਉਹ ਕਿਤੇ ਚਲੇ ਗਏ ਸੀ ਮੇਰੀ ਗੱਲਬਾਤ ਨਹੀਂ ਹੋ ਪਾਈ ਇੱਕ ਜਗ੍ਹਾ ਤੇ ਕਾਉਂਸਲਰਸ ਨੂੰ ਬੁਲਾਇਆ ਸੀ ਉਹ ਵੀ ਸ਼ਾਇਦ ਕਿਤੇ ਬਿਜ਼ੀ ਹੋਣਗੇ ਉਹ ਨਹੀਂ ਆ ਪਏ ਕਿਉਂਕਿ ਮੈਂ ਪਰਸਨਲੀ ਚਾਹੁੰਦੀ ਸੀ ਕਿ ਮੈਂ ਉਹਨਾਂ ਨਾਲ ਗੱਲਬਾਤ ਕਰਾਂ ਸੋ ਇਹ ਤੇ ਇੱਕ ਜਗ੍ਹਾ ਤੇ ਮੈਂ ਮਿਲੀ ਵੀ ਆ ਕਾਉਂਸਲਰ ਸੀਗੇ ਔਰ ਪੂਰੀ ਗੱਲਬਾਤ ਹੋਈ ਹੈ ਔਰ ਉਹਨਾਂ ਨੂੰ ਜੋ ਮੈਂ ਅਵੇਅਰ ਕਰਨਾ ਚਾਹੁੰਦੀ ਸੀ ਮੈਂ ਖੁਦ ਕੀਤਾ ਔਰ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਹੈ ਕਿ ਆਪਣੇ ਏਰੀਏ ਦੇ ਲੋਕਾਂ ਨੂੰ ਇਸ ਗੱਲ ਬਾਰੇ ਅਵੇਅਰ ਕਰੋ ਔਰ ਕੱਲ ਸਾਡੀ ਟੀਮ ਇੱਥੇ ਆਏਗੀ ਤੇ ਜਿਨ੍ਹਾਂ ਦੇ ਅਸੀਂ ਸੈਂਪਲਸ ਲੈਣੇ ਆ ਉਹਨਾਂ ਕਾਈਂਡਲੀ ਸਾਰਿਆਂ ਨੂੰ ਤਿਆਰ ਕਰੋ ਔਰ ਸਾਡੀ ਟੀਮਾਂ ਦੀ ਹੈਲਪ ਕਰੋ ਕਿ ਅਸੀਂ ਇਸ ਜਗ੍ਹਾ ਤੇ ਕੱਲ ਸੈਂਪਲਿੰਗ ਲਵਾਂਗੇ ਇਸ ਤਰ੍ਹਾਂ ਆਪਾਂ ਲੋਕਾਂ ਨੂੰ ਬਿਠਾਣਾ ਹੈ ਸੋਸ਼ਲ ਡਿਸਟੈਂਸ ਮੈਂਟੇਨ ਕਰਨਾ ਹੈ ਤੁਸੀਂ ਇਹ ਗੱਲ ਦਾ ਖਿਆਲ ਕਰਵਾਣਾ ਹੈ ਕਿ ਸਾਰਿਆਂ ਨੇ ਮਾਸਕ ਲਾਏ ਹੋਏ ਆ ਔਰ ਆਰਾਮ ਨਾਲ ਤਸੱਲੀ ਨਾਲ ਆ ਕੇ ਆਪਣੇ ਆਪਣੀ ਸੈਂਪਲਿੰਗ ਜਿਹੜੀ ਹੈ ਕਰਵਾ ਕੇ ਜਾ ਰਹੇ ਆ ਸੋ ਉਹਨਾਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਕਿ ਹਾਂ ਅਸੀਂ ਇਸ ਗੱਲ ਦਾ ਪੂਰਾ ਧਿਆਨ ਰੱਖਾਂਗੇ ਤੇ ਕੱਲ ਸਾਡੇ ਏਰੀਆ ਚ ਜਿੰਨੇ ਤੁਸੀਂ ਇਹੋ ਜਿਹੇ ਲੋਕ ਕੱਢੋਗੇ ਜਿਨ੍ਹਾਂ ਨੂੰ ਕੋਈ ਕੋ-ਮੋਰਬਿਡ ਬਿਮਾਰੀਆਂ ਨੇ ਜਾਂ ਹਾਈ ਰਿਸਕ ਗਰੁੱਪ ਹੈਗਾ ਅਸੀਂ ਸਾਰਿਆਂ ਦੀ ਸੈਂਪਲਿੰਗ ਕਰਾਵਾਂਗੇ ਜੇਕਰ ਗੱਲ ਕੀਤੀ ਜਾਵੇ ਜਲੰਧਰ ਦੇ ਵਿੱਚ ਕੰਟੇਨਮੈਂਟ ਜ਼ੋਨ ਹੈਗਾ ਮਕਦੂਮਪੁਰਾ ਮਕਦੂਮਪੁਰਾ ਦੇ ਕੱਲ ਇੱਕ ਘਟਨਾ ਸਾਹਮਣੇ ਆਈ ਇੱਕ 4 ਸਾਲ ਦੇ ਬੱਚੇ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਹ ਜੋ ਬੱਚੇ ਨੂੰ ਇੱਥੋਂ ਸਿਵਲ ਹਸਪਤਲ ਤੋਂ ਲੈ ਕੇ ਗਏ ਆਨੰਦ ਫਨਨ ਦੇ ਵਿੱਚ ਕਹਿੰਦੇ ਉਹਦੇ ਸੈਂਪਲ ਵੀ ਲਿੱਤੇ ਗਏ ਜਦੋਂ ਬੱਚੇ ਨੂੰ ਉਸਪਤਕਾ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਐਂਬੂਲੈਂਸ ਵੀ ਨਹੀਂ ਭੇਜੀ ਗਈ ਇੱਕ ਮਾਂ ਉਹ ਬੱਚੇ ਨੂੰ ਰਿਕਸ਼ੇ ਦੇ ਉੱਤੇ ਲੈ ਕੇ ਗਈ ਨਾ ਉਹਨੂੰ ਕੋਈ ਕਿੱਟ ਪ੍ਰੋਵਾਈਡ ਕੀਤੀ ਗਈ ਨਾ ਉਹਨੂੰ ਕਿਸੇ ਤਰੀਕੇ ਬੱਚੇ ਨੂੰ ਪ੍ਰੋਪਰ ਕੀਤਾ ਕਿਉਂਕਿ ਜਦੋਂ ਇੱਕ ਸ਼ੱਕ ਦੇ ਆਧਾਰ ਤੇ ਕਿਸੇ ਕਿਸੇ ਪੇਸ਼ੈਂਟ ਨੂੰ ਲੈ ਕੇ ਆਉਂਦੇ ਤਾਂ ਉਹਨੂੰ ਇੱਕ ਪ੍ਰੋਪਰ ਕਿੱਟ ਦੇ ਨਾਲ ਭੇਜਿਆ ਜਾਂਦਾ ਸ਼ਵਨੂ ਜੇ ਕਿਸੇ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਨਹੀਂ ਭੇਜਿਆ ਗਿਆ ਇਹ ਲਾਹਰਵਾਈ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਦੇਖੋ ਇਹਦੇ ਵਿੱਚ ਮੈਂ ਤੁਸੀਂ ਕਹੋ ਕਿ ਕੋਈ ਲਾਪਰਵਾਹੀ ਹੈ ਕਿਉਂਕਿ ਇੱਕ ਪਾਸੇ ਦੀ ਜਿਹੜੀ ਗੱਲ ਸੁਣ ਕੇ ਉਹਨੂੰ ਕਦੀ ਵੀ ਤੁਸੀਂ ਲਾਪਰਵਾਹੀ ਨਹੀਂ ਕਹਿ ਸਕਦੇ ਜਦ ਤੱਕ ਤੁਸੀਂ ਦੋ ਧਿਰਾਂ ਦੀ ਗੱਲ ਨਹੀਂ ਸੁਣਦੇ ਕਿਉਂਕਿ ਮੈਂ ਜੋ ਇਨਕੁਆਇਰੀ ਕਰਾਈ ਉਹਦੇ ਤੇ ਮੈਨੂੰ ਪਤਾ ਚੱਲਿਆ ਕਿ ਉਹ ਬੱਚਾ ਜਿਹੜਾ ਐਨੀਮੀਆ ਤੋਂ ਗ੍ਰਸਤ ਸੀਗਾ ਉਹਦਾ ਖੂਨ ਬਹੁਤ ਘੱਟ ਸੀ ਔਰ ਉਹਨੂੰ ਜੌਂਡਿਸ ਦੀ ਤਕਲੀਫ ਸੀ ਉਹਦੇ ਵਿੱਚ ਕੋਈ ਸਸਪੀਸ਼ਨ ਦੇ ਇਲਾਮਤਾਂ ਨਹੀਂ ਸੀ ਜਿਹਦੇ ਨਾਲ ਆਪਾਂ ਕਹਿ ਸਕੀਏ ਕਿ ਕਰੋਨਾ ਦਾ ਮਰੀਜ਼ ਹੈ ਔਰ ਉਹਨਾਂ ਦੇ ਕਾਉਂਸਲਰ ਨੇ ਵੀ ਕਿਹਾ ਕਿ ਉਹ ਲੇਡੀ ਜਿਹੜੀ ਹੈਗੀ ਹੈ ਉਹਦੇ 10 ਪਤਾ ਨਹੀਂ 11 ਬੱਚੇ ਨੇ ਔਰ ਉਹ ਭੀਖ ਮੰਗਵਾਂਦੀ ਹੈ ਆਪਣੇ ਬੱਚਿਆਂ ਤੋਂ ਔਰ ਤੁਸੀਂ ਕਹੋਗੇ ਕਿ ਇਹੋ ਜਿਹੇ ਬੰਦੇ ਲਈ ਆਪਾਂ ਕਹਾਂ ਕਈਏ ਵੀ ਅਸੀਂ ਆ ਨਹੀਂ ਕੀਤਾ ਜਾਂ ਉਹ ਨਹੀਂ ਕੀਤਾ ਕਿ ਉਹਦਾ ਕੋਈ ਫਰਜ਼ ਨਹੀਂ ਬਣਦਾ ਕਿ 11 ਬੱਚੇ ਉਹ ਪੈਦਾ ਕਰ ਰਹੀ ਹੈ ਔਰ ਬੱਚਿਆਂ ਤੋਂ ਭੀਖ ਮੰਗਵਾ ਰਹੀ ਹੈ ਜਿਹੜਾ ਕਿ ਸਭ ਤੋਂ ਵੱਡਾ ਜ਼ੁਰਮ ਹੈ ਮੈਂ ਕਹਾਂਗੀ ਔਰ ਅਸੀਂ ਉਹਦੇ ਵਿੱਚ ਕੋਈ ਸਸਪੀਸ਼ਨ ਨਹੀਂ ਲਿਆ ਕਿ ਇਹ ਸਸਪੈਕਟਡ ਕੇਸ ਹੈ ਤੇ ਅਸੀਂ ਇਹਨੂੰ ਕਰੋਨਾ ਨਾਲ ਵਰਗ ਟ੍ਰੀਟ ਕਰੀਏ ਇਸ ਕਰਕੇ ਉਹਦੀ ਬਾਡੀ ਜਿਹੜੀ ਹੈ ਉਹ ਹੈਂਡ ਓਵਰ ਕਰ ਦਿੱਤੀ ਗਈ ਕਿ ਉਹਦਾ ਜਿਹੜਾ ਸੰਸਕਾਰ ਕੀਤਾ ਜਾਵੇ ਫੇਰ ਵੀ ਮੈਂ ਜਿਹੜੀ ਆਪਣੀਆਂ ਟੀਮਸ ਨੂੰ ਕਿਹਾ ਸੀ ਕਿ ਜੇ ਤੁਹਾਨੂੰ ਲੱਗਦਾ ਥੋੜਾ ਵੀ ਸਸਪੀਸ਼ਨ ਲੱਗਦਾ ਤਾਂ ਤੁਸੀਂ ਪੂਰੀਆਂ ਪ੍ਰੀਕਾਸ਼ਨਸ ਲੈ ਕੇ ਪ੍ਰੋਟੋਕੋਲ ਦੇ ਹਸਾਬ ਦੇ ਨਾਲ ਉਹਦੀ ਬਾਡੀ ਨੂੰ ਜਿਹੜਾ ਡਿਸਪੋਜ਼ ਆਫ ਕੀਤਾ ਜਾਵੇ ਤੇ ਜੇ ਸਾਨੂੰ ਲੱਗੇਗੀ ਤਾਂ ਉਹਦੇ ਸਾਰੇ ਜਿਹੜੇ ਕੰਟੈਕਟਸ ਹੈਗੇ ਆ ਉਦੀ ਫੈਮਿਲੀ ਦੇ ਮੈਂਬਰਸ ਹੈਗੇ ਆ ਅਸੀਂ ਉਹਨਾਂ ਸਾਰਿਆਂ ਨੂੰ ਟ੍ਰੇਸ ਕਰਕੇ ਅਸੀਂ ਉਹਨਾਂ ਦੇ ਸੈਂਪਲ ਜਿਹੜੇ ਟੈਸਟ ਕਰਵਾਵਾਂਗੇ ਜੇਕਰ ਗੱਲ ਕੀਤੀ ਜਾਵੇ ਡਾਕਟਰ ਸਾਹਿਬ ਹੁਣ ਮੌਨਸੂਨ ਦਾ ਸਮਾਂ ਆ ਰਿਹਾ ਹੈ ਇਸ ਸਮੇਂ ਦੇ ਵਿੱਚ ਜ਼ਿਆਦਾਤਰ ਮੱਛਰਾਂ ਦੀ ਜਿਹੜੀ ਗਿਣਤੀ ਵਧ ਜਾਂਦੀ ਹੈ ਜਿਹਦੇ ਨਾਲ ਮਲੇਰੀਆ ਯਾ ਡੇਂਗੂ ਵਰਗੀਆਂ ਬਿਮਾਰੀਆਂ ਦਾ ਵੀ ਫੈਲਣ ਦਾ ਖਤਰਾ ਜਿਹੜਾ ਉਹ ਸਿਰ ਤੇ ਮਢਰਨ ਲੱਭਦਾ ਇੱਕ ਪਾਸੇ ਕੋਵਿਡ-19 ਦੂਜੇ ਪਾਸੇ ਉਹਨੇ ਮਲੇਰੀਆ ਡੇਂਗੂ ਦਾ ਵੀ ਖਤਰਾ ਵਧਣਾ ਸ਼ੁਰੂ ਹੋਏਗਾ ਇਸ ਚੀਜ਼ ਨੂੰ ਲੈ ਕੇ ਸਾਡਾ ਹੈਲਥ ਡਿਪਾਰਟਮੈਂਟ ਯਾ ਤੁਸੀਂ ਕਿਹੜੇ-ਕਿਹੜੇ ਕਦਮ ਚੁੱਕਦੇ ਪਏ ਹੋ ਦੇਖੋ ਜਿਹੜੀ ਡੈਂਗੂ ਦੀ ਬਿਮਾਰੀ ਤੁਹਾਨੂੰ ਪਤਾ ਵੀ ਕਈ ਸਾਲਾਂ ਤੋਂ ਚੱਲ ਰਹੀ ਹੈ। ਉਹ ਔਰ ਅਸੀਂ ਜਿਵੇਂ ਹੀ ਸੀਜ਼ਨ ਆਂਦਾ ਤੇ ਅਸੀਂ ਆਪਣੇ ਆਪ ਨੂੰ ਉਹਦੇ ਵਾਸਤੇ ਪ੍ਰਿਪੇਅਰ ਕਰਨਾ ਸ਼ੁਰੂ ਕਰ ਦਿੰਨੇ ਆ। ਇਸ ਵਾਰੀ ਮੈਂ ਡੈਫੀਨੇਟਲੀ ਕਹਾਂਗੀ ਕਿ ਕਰੋਨਾ ਦਾ ਜਿਹੜਾ ਖਤਰਾ ਇੰਨਾ ਜ਼ਿਆਦਾ ਸਾਡੇ ਉੱਤੇ ਛਾਇਆ ਹੋਇਆ ਹੈ ਔਰ ਲਗਾਤਾਰ ਪਿਛਲੇ 4-5 ਮਹੀਨਿਆਂ ਤੋਂ ਸਾਨੂੰ ਨਹੀਂ ਪਤਾ ਲੱਗਦਾ ਕਿ ਕਦੋਂ ਦਿਨ ਚੜਦਾ ਤੇ ਕਦੋਂ ਰਾਤ ਪੈਂਦੀ ਹੈ। ਅਸੀਂ ਕਰੋਨਾ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਡੁੱਬ ਚੁੱਕੇ ਆ। ਪਰ ਫਿਰ ਵੀ ਹੁਣ ਜਦੋਂ ਸੀਜ਼ਨ ਆ ਗਿਆ ਅਸੀਂ ਸਿਰਫ ਕਰੋਨਾ ਤੇ ਹੀ ਕਨਸੈਂਟਰੇਟ ਕਰਕੇ ਇਹ ਨਹੀਂ ਹੈ ਕਿ ਕਰੋਨਾ ਤੋਂ ਲੋਕਾਂ ਨੂੰ ਬਚਾਉਂਦੇ-ਬਚਾਉਂਦੇ ਅਸੀਂ ਡੈਂਗੂ ਨਾਲ ਜਿਹੜੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਜਾਣ ਉਸ ਪਾਸੇ ਵੀ ਸਾਨੂੰ ਖਿਆਲ ਕਰਨਾ ਪੈਣਾ ਇਸ ਕਰਕੇ ਸਾਡੀਆਂ ਜਿਹੜੀਆਂ ਟੀਮਸ ਹੈਗੀਆਂ ਜਿਹੜੇ ਮਲਟੀਪਰਪਸ ਹੈਲਥ ਵਰਕਰ ਹੁੰਦੇ ਨੇ ਜਾਂ ਸਾਡੇ ਜਿਹੜੇ ਐਂਟੀ ਲਾਰਵਾ ਜਿਹੜੀਆਂ ਟੀਮਸ ਹੁੰਦੀਆਂ ਨੇ ਉਹ ਜਗ੍ਹਾ-ਜਗ੍ਹਾ ਤੇ ਜਾ ਕੇ ਦੇਖਦੀਆਂ ਨੇ ਕਿ ਕਿਤੇ ਲਾਰਵਾ ਦੀ ਕਲੈਕਸ਼ਨ ਤਾਂ ਨਹੀਂ ਹੈਗੀ ਲੋਕਾਂ ਨੂੰ ਗਾਈਡ ਕਰਦੀਆਂ ਨੇ ਲੋਕਾਂ ਨੂੰ ਅਵੇਅਰ ਕਰਦੀਆਂ ਨੇ ਕਿ ਇਸ ਬਿਮਾਰੀ ਤੋਂ ਆਪਾਂ ਕਿਸ ਤਰ੍ਹਾਂ ਬਚਣਾ ਔਰ ਜਿੱਥੇ ਲਾਰਵਾ ਪਾਇਆ ਜਾਂਦਾ ਉਹ ਉਹ ਜਿਹੜਾ ਐਂਟੀ ਲਾਰਵਲ ਸਾਈਡ ਜਿਹੜਾ ਹੁੰਦਾ ਛਿੜਕਾ ਕਰਕੇ ਉਹ ਲਾਰਵੇ ਨੂੰ ਉੱਥੇ ਮਾਰਿਆ ਜਾਂਦਾ ਤੇ ਉਹ ਆਪਣੀਆਂ ਇਨ ਐਕਸ਼ਨ ਜਿਹੜੀਆਂ ਉਹ ਵੀ ਟੀਮਾਂ ਜਿਹੜੀਆਂ ਸਾਡੀਆਂ ਦੁਬਾਰਾ ਤੋਂ ਸਟਾਰਟ ਹੋ ਗਈਆਂ ਤਾਂ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਅਸੀਂ ਕਮ ਸਕੱਮ ਜਿਹੜਾ ਡੈਂਗੂ ਦੀ ਬਿਮਾਰੀ ਤੋਂ ਵੀ ਆਪਣਾ ਕਰੋਨਾ ਦੇ ਨਾਲ ਨਾਲ ਅਸੀਂ ਉਹਦੇ ਤੋਂ ਵੀ ਆਪਣਾ ਬਚਾਅ ਕਰ ਸਕੀਏ ਜਿਕੇ ਗੱਲ ਕੀਤੀ ਜਾਵੇ ਜਲੰਧਰ ਸ਼ਹਿਰ ਦੀ ਐਸੇ ਜਲੰਧਰ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਨੇ ਉਹ ਪੇਸ਼IENTS ਪੋਜ਼ਿਟਿਵ ਪੇਸ਼IENTS ਦੀ ਗਿਣਤੀ ਵਧਦੀ ਜਾ ਰਹੀ ਹੈ ਤੁਸੀਂ ਹੁਣ ਅਨਲੌਕ ਵੀ ਹੋ ਚੁੱਕਾ ਹੈ ਲੋਕ ਵੀ ਜਿਹੜੇ ਨੇ ਕਰੋਬਾਰ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਜਿਦਾਂ ਤੁਸੀਂ ਕਿਹਾ ਕਿ ਕੁਝ ਲੋਕ ਕੰਟੇਨਮੈਂਟ ਜ਼ੋਨ ਤੋਂ ਵੀ ਕਰੋ ਬਾਹਰ ਨਿਕਲ ਕੇ ਕਮਾਗੁੰਮਾ ਤਾਂ ਜਾ ਰਹੇ ਨੇ ਕੀ ਲੱਗਦਾ ਹੈ ਕਿ ਜਿਹੜਾ ਆਉਣ ਵਾਲੇ ਹਾਲਾਤ ਨੇ ਇਹਨਾਂ ਦੇ ਵਿੱਚ ਹੁਣ ਪੇਸ਼IENTS ਦੀ ਗਿਣਤੀ ਕਿ ਸੱਤ ਤੱਕ ਵੱਧ ਸਕਦੀ ਹੈ ਕਿਉਂਕਿ ਜੇਕਰ ਆਪਾਂ ਪਿਛਲੇ ਜਿਹੜਾ ਐਕਸਪਰਟ ਓਪੀਨੀਅਨਸ ਆਏ ਸੀ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਜਿਹੜ ਟਾਈਮ ਸਾਬਤ ਹੋ ਸਕਦਾ ਦੇਖੋ ਜਿਸ ਤਰ੍ਹਾਂ ਜੋ ਸਾਡੀਆਂ ਆਬਜ਼ਰਵੇਸ਼ਨਸ ਹੈਗੀਆਂ ਨੇ ਕਿ तकरीबन ਪਿਛਲੇ 15 20 ਦਿਨ ਤੋਂ ਜੇ ਆਪਾਂ 15 ਜੂਨ ਤੋਂ ਲੈ ਕੇ ਜਾਈਏ ਤਾਂ ਹੁਣ ਤੱਕ ਸਾਡੀ ਜਿਹੜੀ ਡੈਫੀਨੇਟਲੀ ਗਿਣਤੀ ਜਿਹੜੀ ਹੈ ਕੇਸਸ ਵੀ ਵਧੀ ਹੈ ਉਹਦਾ ਇੱਕ ਕਾਰਨ ਇਹੀ ਹੈ ਕਿ ਜਿਹੜਾ ਲਾਕਡਾਊਨ ਹੌਲੀ ਹੌਲੀ ਜਿਹੜਾ ਹੈਗਾ ਉਹ ਖਤਮ ਹੋ ਰਿਹਾ ਔਰ ਆਲਟੀਮੇਟਲੀ ਖਤਮ ਕਰਨਾ ਪੈਣਾ ਕਿਉਂਕਿ ਲੋਕਾਂ ਨੇ ਆਪਣੀ ਜ਼ਿੰਦਗੀ ਵੀ ਜੀਣੀ ਹੈ ਆਪਾਂ ਜ਼ਿੰਦਗੀ ਨੂੰ ਜਿਹੜਾ ਹੈਗਾ ਉਹਦੀ ਰਫਤਾਰ ਨੂੰ ਜ਼ੀਰੋ ਨਹੀਂ ਕਰ ਸਕਦੇ ਜੇ ਇਨਸਾਨ ਨੇ ਇੱਥੇ ਸਰਵਾਈਵ ਕਰਨਾ ਤਾਂ ਨਾਰਮਲ ਜ਼ਿੰਦਗੀ ਜੀਣੀ ਪਾਏਗੀ ਔਰ ਸਾਨੂੰ ਹੁਣ ਤੱਕ ਸਭ ਨੂੰ ਇਸ ਚੀਜ਼ ਦਾ ਗੱਲ ਦਾ ਪਤਾ ਲੱਗ ਗਿਆ ਕਿ ਇਹ ਸਾਨੂੰ ਬਿਮਾਰੀ ਦੇ ਨਾਲ ਹੀ ਜੀਣਾ ਪਏਗਾ ਵੀ ਹੈਵ ਟੂ ਲਿਵ ਵਿਦ ਥਿਸ ਡਿਜ਼ੀਜ਼ ਔਰ ਆਉਣ ਵਾਲਾ ਸਮਾਂ ਸਾਨੂੰ ਨਹੀਂ ਪਤਾ ਉਹ 6 ਮਹੀਨੇ ਹੈ ਇੱਕ ਸਾਲ ਹੈ ਜਾਂ 2 ਸਾਲ ਹੈ ਸੋ ਸਾਨੂੰ ਇਹ ਇੱਕ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ ਹੁਣ ਕਰੋਨਾ ਔਰ ਸਾਨੂੰ ਉਹ ਪ੍ਰੀਕਾਸ਼ਨਸ ਲੈਣੀਆਂ ਪੈਣਗੀਆਂ ਕਿ ਅਸੀਂ ਆਪਣੇ ਆਪ ਨੂੰ ਬਚਾ ਕਿਸ ਤਰ੍ਹਾਂ ਕਰਨਾ ਕਿਉਂਕਿ ਬਚਾਓ ਵਿੱਚ ਹੀ ਬਚਾਓ ਹੈ ਨਾ ਇਸ ਬਿਮਾਰੀ ਦਾ ਕੋਈ ਇਲਾਜ ਹੈ ਨਾ ਕੋਈ ਹਲੇ ਤੱਕ ਵੈਕਸੀਨ ਆਇਆ ਸੋ ਇਹ ਇਹਦੇ ਨਾਲ ਹੀ ਸਾਨੂੰ ਰਹਿਣਾ ਪਏਗਾ ਨਾਲ ਹੀ ਇਹ ਇਹਦਾ ਸਾਨੂੰ 100% ਆਪਣੇ ਵੱਲੋਂ ਪ੍ਰੀਕਾਸ਼ਨਸ ਲੈਣੀਆਂ ਪੈਣਗੀਆਂ ਤਾਂ ਕਿ ਅਸੀਂ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾ ਸਕੀਏ ਬਾਕੀ ਜਿਹੜੀ ਇਹ ਗਿਣਤੀ ਹੈ ਵਧਨ ਦੀ ਉਹ ਚਾਂਸਸ ਡੈਫੀਨਿਟਲੀ ਹੈਗੇ ਨੇ ਕਿਉਂਕਿ ਜੋ ਆਬਜ਼ਰਵੇਸ਼ਨਸ ਸਾਡੀਆਂ ਨੇ ਜਾਂ ਜਿਹੜੇ ਵੱਡੇ ਵੱਡੇ ਸਾਇੰਟਿਸਟ ਨੇ ਹੈਗੇ ਡਾਕਟਰਸ ਹੈਗੇ ਨੇ ਆਈਸੀਐਮਆਰ ਹੈਗਾ ਜਾਂ ਡਬਲਯੂਐਚ ਹੈਗੀਆਂ ਜੋ ਉਹਨਾਂ ਦੀਆਂ ਪ੍ਰੈਡਿਕਸ਼ਨਸ ਵੀ ਹੈਗੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਗਿਣਤੀ ਵਧੇਗੀ ਪਰ ਗਿਣਤੀ ਵਧਣ ਦੇ ਨਾਲ ਨਾਲ ਅਸੀਂ ਇਹ ਚਾਹੁੰਦੇ ਕਿ ਗਿਣਤੀ ਅਗਰ ਵੱਧਦੀ ਵੀ ਹੈ ਤਾਂ ਅਸੀਂ ਜਿਹੜੀ ਮੋਰਟੈਲਿਟੀ ਰੇਟ ਆਪਣਾ ਜਿਹੜਾ ਉਹਨੂੰ ਘਟਾ ਲਈਏ ਕਿ ਚਲੋ ਬਿਮਾਰੀ ਆ ਗਈ ਕੋਈ ਗੱਲ ਨਹੀਂ ਹਰ ਤਰ੍ਹਾਂ ਦੀ ਜ਼ਿੰਦਗੀ 'ਚ ਬਿਮਾਰੀ ਆਉਂਦੀ ਹੈ ਬੰਦਾ ਉਹਦਾ ਮੁਕਾਬਲਾ ਕਰਦਾ 4 ਦਿਨ 6 ਦਿਨ 10 ਦਿਨ ਬਾਅਦ ਉਹ ਠੀਕ ਹੋ ਜਾਂਦਾ ਹੋਰ ਵੀ ਤਾਂ ਇੰਨੀਆਂ ਬਿਮਾਰੀਆਂ ਆਉਂਦੀਆਂ ਜ਼ਿੰਦਗੀ 'ਚ ਇਹ ਵੀ ਆ ਗਈ ਤੇ ਇਹਦੇ 'ਚ ਕੋਈ ਘਬਰਾ ਪਰ ਅਸੀਂ ਇਹਦੀ ਜਿਹੜੀ ਮੋਰਟੈਲਿਟੀ ਰੋਕ ਲਈਏ ਮੌਤ ਦਰ ਅਸੀਂ ਜਿਹੜੀ ਘਟਾ ਲਈਏ ਜੇ ਅਸੀਂ ਮੌਤ ਦਰ ਘਟਾ ਲੰਨੇ ਆ ਤੇ ਮੇਰੇ ਖਿਆਲ ਕੋਈ ਇਹ ਮਾੜੀ ਗੱਲ ਨਹੀਂ ਹੈ ਕਿ ਅਗਰ ਕੇਸ ਵੱਧ ਵੀ ਜਾਂਦੇ ਤਾਂ ਕੋਈ ਗੱਲ ਨਹੀਂ ਅਸੀਂ ਉਹਦਾ ਮੁਕਾਬਲਾ ਕਰਾਂਗੇ ਅਸੀਂ ਪ੍ਰੀਕਾਸ਼ਨਸ ਲਵਾਂਗੇ ਅਸੀਂ ਆਪਣੇ ਜਨਤਾ ਨੂੰ ਅਵੇਅਰ ਕਰਾਂਗੇ ਕਿ ਆਪਣੇ ਆਪ ਨੂੰ ਇਸ ਤੋਂ ਕਿਸ ਤਰ੍ਹਾਂ ਬਚਾਉਣਾ ਪਰ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਅਗਰ ਸਾਡੇ ਕਿਸੇ ਵੀ ਮਰੀਜ਼ ਨੂੰ ਇਹ ਬਿਮਾਰੀ ਹੁੰਦੀ ਹੈ ਤਾਂ ਕਿਸੇ ਤਰ੍ਹਾਂ ਉਹਦੀ ਉਹਦੀ ਜਿਹੜੀ ਹੈਗੀ ਹੈ ਡਾਇਰੈਕਸ਼ਨ ਬਹੁਤ ਵੱਲ ਨਾ ਜਾਵੇ ਅਸੀਂ ਉਹ ਉਹਦੀ ਜਿਹੜੀ ਪ੍ਰੈਸ਼ੀਅਸ ਜ਼ਿੰਦਗੀ ਹੈ ਉਹ ਅਸੀਂ ਜ਼ਰੂਰ ਬਚਾ ਲੇ ਜੀ ਇਹ ਕਾਖਰੀ ਸਵਾਲ ਮੈਡਮ ਮੇਰਾ ਹੀ ਹੋਊਗਾ ਤੁਹਾਡਾ ਡਾਕਟਰ ਸਾਹਿਬ ਕਿ ਜਦੋਂ ਤੁਸੀਂ ਕਿਹਾ ਕਿ ਕੰਟੇਨਮੈਂਟ ਜ਼ੋਨ ਦੇ ਵਿੱਚ ਵੀ ਲੋਕ ਹਲੇ ਵੀ ਕਿਤੇ ਨਾ ਕਿਤੇ ਲਾਬਰਵਾਈ ਜਿਹੜੇ ਕਰ ਰਹੇ ਨੇ ਘਰੋਂ ਬਾਹਰ ਵੀ ਨਿਕਲਦੇ ਪਏ ਨੇ ਉਹਨਾਂ ਨੇ ਆਬਵੀਅਸੇ ਕੰਮਾ ਕਰਨਾ ਤੇ ਜਾਣਾ ਹਰ ਕਿਸੇ ਨੇ ਆਪਣੀ ਇਨਕਮ ਸੋਰਸ ਵੀ ਕਰਨਾ ਹੈ ਜਿਹੜੇ ਹੁਣ ਲੋਕ ਜਿਹੜੇ ਜਿਹੜੇ ਤੁਸੀਂ ਕੱਲ ਵੀ ਆਪ ਵੀ ਪਰਸਨਲੀ ਜਾ ਕੇ ਦੇਖ ਕੇ ਆਏ ਹੋ ਉਹਦੇ ਤੇ ਕੀ ਐਕਸ਼ਨ ਲਿਆ ਗਿਆ ਤੇ ਜਿਹੜੇ ਅੱਗੇ ਤੁਹਾਨੂੰ ਕਿਤੇ ਨਹੀਂ ਕੰਪਲੇਂਟ ਆਉਂਦੀ ਆ ਜਿਹੜੇ ਕੰਟੇਨਮੈਂਟ ਜ਼ੋਨਸ ਦੇ ਵਿੱਚ ਲਾਬਰਵਾਈ ਕਰਦੇ ਨਜ਼ਰ ਆਣਗੇ ਹੈਲਥ ਡਿਪਾਰਟਮੈਂਟ ਨੂੰ ਕੋਈ ਵੀ ਸ਼ਿਕਾਇਤ ਆਉਂਦੀ ਹੈ ਇਸ ਤੇ ਤੁਹਾਡੇ ਵੱ ਦੇ ਜਾਣਗੇ ਦੇਖੋ ਇਹ ਸਾਡੇ ਡੀਸੀ ਸਾਹਿਬ ਨੇ ਜਿਹੜੀਆਂ ਪੂਰੀਆਂ ਟੀਮਸ ਬਣਾਈਆਂ ਹੋਈਆਂ ਕੰਟੇਨਮੈਂਟ ਜ਼ੋਨਸ ਵਾਸਤੇ ਉਹਦੇ ਵਿੱਚ ਇੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਬੰਦਾ ਇੱਕ ਪੁਲਿਸ ਡਿਪਾਰਟਮੈਂਟ ਦਾ ਔਰ ਇੱਕ ਸਾਡੇ ਹੈਲਥ ਡਿਪਾਰਟਮੈਂਟ ਦਾ ਇਹ ਤਿੰਨ ਬੰਦੇ ਦੇ ਤਿੰਨ ਆਫੀਸਰ ਉਹਨਾਂ ਦੀ ਟੀਮ ਬਣਾਈ ਹੋਈ ਹੈ ਜਿੱਥੇ ਵੀ ਕਿਸੇ ਤਿੰਨਾਂ ਟੀਮਾਂ ਚੋਂ ਤਿੰਨੇ ਬੰਦਾ ਚੋਂ ਕਿਸੇ ਨੂੰ ਵੀ ਪਤਾ ਲੱਗਦਾ ਹੈ ਕਿ ਕੋਈ ਵਾਇਲਟ ਕਰ ਰਿਹਾ ਹੈ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਤਾਂ ਉਹ ਉਹਨਾਂ ਦੀ ਪੁਲਿਸ ਦੇ ਨੋਟਿਸ ਦੇ ਵਿੱਚ ਲਿਆਇਆ ਜਾਂਦਾ ਤੇ ਉਹ ਉਹ ਅਕੋਰਡਿੰਗਲੀ ਦੇਖਣਗੇ ਕਿ ਕੀ ਐਕਸ਼ਨ ਲੈਣਾ ਕਿ ਉਹਨਾਂ ਨੂੰ ਸਮਝਾਉਣਾ ਕਿ ਉਹਨਾਂ ਨੂੰ ਖਾਲੀ ਵਾਰਨਿੰਗ ਦੇਣੀ ਹੈ ਜਾਂ ਕਿਸ ਤਰ੍ਹਾਂ ਦਾ ਆਫੈਂਸ ਉਹ ਕਰ ਰਹੇ ਨੇ ਤੇ ਜੇ ਉਹਨਾਂ ਨੂੰ ਲੱਗਦਾ ਕਿ ਲੋੜ ਤੋਂ ਵੱਧ ਆਫੈਂਸ ਕਰ ਰਹੇ ਤਾਂ ਉਹਦੇ ਤੇ ਪਰਚਾ ਵੀ ਦਿੱਤਾ ਜਾ ਸਕਦਾ ਬਾਦਮੰਤਾਰ ਡਾਕਟਰ ਜੀ ਤੁਸੀਂ ਮੈਨੂੰ ਕੀ ਕਿਸਮ ਦੀ ਸਮਝ ਦਿੱਤਾ ਸੂਏਸਨ ਸਰਨਾ ਜਿਲੰਦਰ ਸਿਵਲ ਸਰਜਨ ਗੁਰਿੰਦਰ ਚਾਵਲਾ ਜਿਨੇ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਨਟੇਨਮੈਂਟ ਜ਼ੋਨਸ ਦੇ ਵਿੱਚ ਲਾਪਰਵਾਹੀ ਹੁੰਦੀ ਵੀ ਨਜ਼ਰ ਆਂਦੀ ਹੈ ਤੇ ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਜਿਹੜੇ ਐਕਸ਼ਨਸ ਉਲਤੇ ਜਾਣਗੇ ਨਾਲ ਹੀ ਨਾਲ ਜਿਹੜੇ ਜਿਹੜੇ ਅਵਾਰਡਸ ਨੇ ਜਿਲੰਦਰ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਕਾਉਂਸਲਰਸ ਹੁੰਦੇ ਨੇ ਕਿਉਂਕਿ ਉਹ ਪਬਲਿਕ ਦੇ ਨਾਲ ਜ਼ਿਆਦਾ ਡੀਲ ਕਰਦੇ ਨੇ ਉਹਨਾਂ ਨਾਲ ਵੀ ਇੱਕ ਮੀਟਿੰਗ ਕੀਤੀ ਗਈ ਤਾਂ ਕਿ ਜਿਹੜੇ ਹੈਲਥ ਡਿਪਾਰਟਮੈਂਟ ਦੀ ਟੀਮਸ ਮਾਈਕਰੋ ਕਨਟੇਨਮੈਂਟ ਜ਼ੋਨ ਦੇ ਕਨਟੇਨਮੈਂਟ ਜ਼ੋਨ ਦੇ ਵਿੱਚ ਜਾਂਦੀਆਂ ਨੇ ਉਹਨਾਂ ਨੂੰ ਕਿਸੇ ਤਰੀਕੇ ਦੀ ਪ੍ਰੋਬਲਮ ਨਾ ਆਵੇ ਤੇ ਨਾਲ ਕਾ ਦਾ ਬਹੁਤ ਜ਼ਰੂਰੀ ਹੈ ਕੈਮਰਮਨ ਪ੍ਰਸਨ ਸੁਖਵਿੰਦਰ ਸਿੱਧੂ ਦੇ ਨਾਲ ਮੈਂ ਸਾਹਿਬ ਨਰੂਲਾ ਡੈਨਿਕ ਸਵੇਰਾ ਟੀਵੀ ਜਲੰਧਰ ਤੋਂ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648